ਪੰਜਾਬ ਨੈਸ਼ਨਲ ਬੈਂਕ ਦੇ ਸਰਕਲ ਹੈੱਡ ਸੁਭਾਸ਼ ਗੁਪਤਾ ਵੱਲੋਂ ਬੈਂਕ ਦੇ ਡਾਊਟਫੁਲ ਅਕਾਊਂਟਸ ਤੇ ਬਣਾਈ ਗਈ ਨਵੀਂ ਪਾਲਿਸੀ ਬਾਰੇ ਪ੍ਰੈਸ ਮੀਟਿੰਗ ਕੀਤੀ ਗਈ। ਇਸ ਦੌਰਾਨ ਸੁਭਾਸ਼ ਗੁਪਤਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ PNB ਤੋਂ ਜਿਨ੍ਹਾਂ ਲੋਕਾਂ ਦੇ ਕਰਜ਼ੇ ਲਏ ਗਏ ਸਨ ਉਹਨਾਂ ਦੇ ਲਈ ਬੈਂਕ ਵੱਲੋਂ ਡਾਊਟਫੁਲ ਸਪੈਸ਼ਲ ਪਾਲਿਸੀ ਬਣਾਈ ਗਈ ਹੈ। ਉਹਨਾਂ ਕਿਹਾ ਕਿ ਕਰਜ਼ਦਾਰਾਂ ਨੂੰ ਕਰਜ਼ੇ ਤੋਂ ਮਾਫ਼ੀ ਅਤੇ ਕਰਜ਼ੇ ਨੂੰ ਘੱਟ ਕਰਨ ਲਈ ਇਹ ਸਕੀਮ ਤਿਆਰ ਕੀਤੀ ਗਈ ਹੈ ਜਿਸ ਦਾ ਕਰਜ਼ਦਾਰਾਂ ਨੂੰ ਲਾਭ ਹੋਵੇਗਾ। ਗੁਪਤਾ ਨੇ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਕਤ PNB ਵਿੱਚ 1200 ਦੇ ਕਰੀਬ ਡਾਊਟਫੁਲ ਅਕਾਊਂਟ ਸਨ ਜਿਸ ਦੀ ਰਕਮ 5 ਕਰੋੜ ਦੇ ਕਰੀਬ ਹੈ। PNB ਨੇ ਇੱਕ ਵਨ ਟਾਈਮ ਸਪੈਸ਼ਲ OTS ਪਾਲਿਸੀ ਨਿਕਾਲੀ ਹੈ ਡਾਊਟਫੁਲ ਕੈਟੇਗਰੀ 3 ਕੇ ਅਕਾਊਂਟਸ ਕੇ ਲਈ ਔਰ ਲੋਸ ਅਸੈਟਸ ਕੇ ਲਈ, ਜਿਸ ਮੇਂ ਬੈਂਕ 30/9 ਤੱਕ ਇਸਕੇ ਅੰਤਰਗਤ ਕਰਜ਼ੇ ਮਾਫ਼ੀ ਜਾਂ ਛੂਟ ਦੇਣੇ ਮੇਂ ਪ੍ਰਯਾਸ ਕਰ ਰਿਹਾ ਹੈ। ਸਭੀ ਲੋਕੋ ਕੋ ਜੋ ਹਮਾਰੇ ਅਕਾਊਂਟ ਇਸਮੇਂ ਕਵਰਡ ਹੈ, ਤਕਰੀਬਨ 1100-1200 ਅਕਾਊਂਟ ਹੈ, ਉਸਕੋ ਨੋਟਿਸ ਦੇ ਦੀਏ ਗਏ ਹੈ। ਇਸਮੇਂ 5 ਕਰੋੜ ਤੱਕ ਕੇ ਅਕਾਊਂਟ ਕਵਰਡ ਹੈ ਜੋ NPA ਮੇਂ ਫਿਗਰ ਆਊਟਸੈਂਡ ਕਰਤੀ ਹੈ। ਇਸ ਪਾਲਿਸੀ ਮੇਂ ਜਬ ਅਕਾਊਂਟ NPA ਹੁਆ ਥਾ ਉਸ ਬੈਲੈਂਸ ਕੇ ਉੱਪਰ ਬੈਂਕ 20% ਸੇ ਲੇਕੇ 50% ਤੱਕ ਹੀ ਮਾਫ਼ੀ ਕਰੇਗਾ ਆਊਟਸਟੈਂਡਿੰਗ ਬੈਲੈਂਸ ਇਨ ਬੁੱਕਸ। ਇਸਕੇ ਇਲਾਵਾ ਇਸਮੇਂ ਜੋ ਇੰਟਰਸਟ ਵਗੈਰਾ ਇਸਕੇ ਬਾਅਦ 3-5 ਸਾਲ ਕਾ ਜੋ ਵੀ ਇੰਟਰਸਟ ਬਣਾ ਹੁਆ ਉਹ ਤਾਂ ਪਹਿਲੇ ਅਕਾਊਂਟ ਕਿਤਾਬੋਂ ਮੇਂ ਨਹੀਂ ਲਗਾ ਹੁਆ, ਉਸਕੇ ਉੱਪਰ ਬੈਂਕ ਕੋਈ ਕਲੇਮ ਨਹੀਂ ਕਰੇਗਾ। ਯੇ ਪਾਲਿਸੀ ਯੇ ਬੈਂਕ ਇਸਮੇਂ ਕੋਈ ਡਿਸਕਸ਼ਨ ਨਹੀਂ ਰੱਖੀ ਬੈਂਕ ਨੇ, ਜਿਸਕਾ ਜੋ ਰਾਈਟ ਬਣਤਾ ਹੈ ਆਪਣੀ ਕਿਤਾਬ ਕੋ ਦੇਖ ਕੇ ਉਹ ਇਸਕੇ ਮੁਤਾਬਕ ਆਪਣੇ ਪੈਸੇ ਭੁਗਤਾਨ ਕਰਕੇ ਆਪਣਾ ਸਰਟੀਫਿਕੇਟ ਲੈ ਸਕਦਾ।